फिरोजपुर के गांव निहाला लिवेरा में एक गरीब परिवार की बेटी को सतलुज के पानी में आए सांप ने काट लिया, जिस दौरान उसकी मौत हो गई। बताया जा रहा है कि मृतक लड़की गीता, जो बोल नहीं सकती थी और घर के अंदर बिस्तर पर लेटी हुई थी, उसे पानी में आए एक सांप ने काट लिया और जब पता चला तो उसे तुरंत अस्पताल ले जाया गया, जिससे रास्ते में ही उसकी मौत हो गई। इसलिए उन्होंने मांग की है कि सरकार को इस परिवार की यथासंभव मदद करनी चाहिए। बताया जा रहा है कि गांव में पानी घुसने के कारण लड़की का अंतिम संस्कार भी दूसरे गांव में करना पड़ रहा है। ਫਣੀ ਯਾਰ ਸੱਪ ਜੀ ਤੇਰੀ ਲਾ ਇੱਥੇ ਜਾਂਦੇ ਜਾਂਦੇ ਪੂਰੀ ਹੋ ਗਈ ਰਾਹ ਜੀ ਸਰਕਾਰ ਵੇਖੋ ਜੋ ਦੇ ਦੂਗੀ ਮਿਲਣ ਸੱਜਣ ਸਿੰਘ ਜੀ ਸੱਜਣ ਸਿੰਘ ਜੀ ਕਿਸ ਤਰ੍ਹਾਂ ਲੜਕੀ ਦੀ ਜਿਹੜੀ ਮੌਤ ਹੋਈ ਹੈ ਇਹਨਾਂ ਸਾਹਿਬ ਜੀ ਪਾਣੀ ਦੇ ਜ਼ਿਆਦੇ ਹੋਣ ਕਾਰਨ ਕੁੜੀ ਦੇ ਨਾ ਸੱਪ ਡੰਗ ਗਿਆ ਵਾ ਅੰਦਰ ਬੈਠੀ ਸੀ ਕੁੜੀ ਤੇ ਬਾਹਰੋਂ ਸੱਪ ਭੱਜ ਕੇ ਆ ਗਿਆ ਤੇ ਪਤਾ ਨਹੀਂ ਲੱਗਾ ਕਿਹੜਾ ਪਿੰਡ ਆ ਤੇ ਕਦੋਂ ਸੱਪ ਲੜਿਆ ਸੱਪ ਜੀ 11 ਵਜੇ ਲੜਿਆ ਤੇ ਪਿੰਡ ਹੈਗਾ ਨਿਆ ਲਾਲਵੇਰਾ ਮੁੱਠਿਆਂ ਵਾਲੇ ਦੇ ਨਾਲ ਹਾਂਜੀ ਬੰਨ ਦੇ ਪਾਰ ਬੰਨ ਹਾਂਜੀ ਦਿਖਾਇਆ ਸੀਗਾ ਐਂਬੂਲੈਂਸ ਲੈ ਕੇ ਗਈ ਸੀਗੀ ਸਿੰਬਲ ਹੋਸਪਿਟਲ 'ਚ ਉੱਥੇ ਮੁੜ ਕੇ ਉਹਨਾਂ ਤੋਂ ਨਾ ਇਲਾਜ ਹੋਣ ਕਾਰਨ ਕਿਸੇ ਮਾਂਦਰੀ ਕੋਲੇ ਵੀ ਗਏ ਸੀ ਮਾਂਦਰੀ ਕੋਲੇ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਕਿ ਪਰਿਵਾਰ ਵੀ ਬਹੁਤ ਗਰੀਬ ਆ ਹਾਂਜੀ ਬਹੁਤ ਗਰੀਬ ਆ ਕਮਰਾ ਵੀ ਬਹੁਤ ਮਾੜਾ ਵਾ ਜਿਹੜੇ ਕਮਰੇ 'ਚ ਦੱਸਿਆ ਵਾ ਉਹ ਕਮਰਾ ਹੀ ਬੇਕਾਰ ਹੋਇਆ ਪਿਆ ਵਾ ਪਾਣੀ ਦੀ ਚਪੇੜ 'ਚ ਆਉਣ ਕਾਰਨ ਨਾ ਇੱਕ ਪਾਸੋਂ ਬਹਿ ਗਿਆ ਵਾ ਹਾਂਜੀ ਹੁਣ ਸੰਸਕਾਰ ਜਿਹੜਾ ਇੱਥੇ ਕੀਤਾ ਜਾਵੇਗਾ ਨਹੀਂ ਜੀ ਕੀਤਾ ਜਾਊਗਾ ਬਾਗੇ ਵਾਲੇ ਹਾਂਜੀ ਉੱਥੇ ਰਿਸ਼ਤੇਦਾਰੀ ਆ ਜੀ ਭਨਵਈਆ ਵਾ ਬੱਚੀ ਕੀ ਨਾਮ ਕੀ ਤੁਹਾਡਾ ਜਸਪਾਲ ਸਿੰਘ ਜੀ ਜਸਪਾਲ ਸਿੰਘ ਜੀ ਕਿੰਨਾ ਕੁ ਪਾਣੀ ਇਸ ਟਾਈਮ ਚੜਿਆ ਹੋਇਆ ਤੇ ਬੱਚੀ ਦੀ ਮੌਤ ਕਿਸ ਤਰ੍ਹਾਂ ਹੋਈ ਪਾਣੀ ਤਾਂ ਬਹੁਤ ਆ ਜੀ ਪਾਣੀ ਤਾਂ ਮੈਂ ਅੱਗੇ ਤੁਹਾਨੂੰ ਦੱਸਿਆ ਹੋਇਆ ਪਾਣੀ ਬਹੁਤ ਆ ਪਾਣੀ ਦਾ 88 ਵਾਲੇ ਲਾ ਦੀ ਆ 88 ਵਾਲੇ ਪਾਣੀ ਉਦੋਂ ਵੀ ਇੰਨਾ ਆਇਆ ਸੀ ਕਿਉਂਕਿ ਇੱਕਰਾ ਅੱਗੇ ਪਾਣੀ 5-10 ਦਿਨ ਅੱਗੇ ਹੋ ਗਿਆ ਇੱਕਰਾ ਫੁੱਲ ਕੇ ਵਰ ਗਿਆ ਇੱਕਰਾ ਦੁਬਾਰਾ ਪਾਣੀ ਫੇਰ ਆਇਆ ਦੁਬਾਰਾ ਆਉਣ ਕਰਕੇ ਇਹਦੀ ਕਿਸਮਤ ਮਾੜੀ ਵਿਚਾਰੀ ਦੀ ਜਿਹੜੀ ਬੱਚੀ ਦੀ ਡੈਥ ਹੋ ਗਈ ਸੱਪ ਲੜਨ ਨਾਲ ਬਸ ਜੀ ਸੰਸਕਾਰ ਇੱਥੇ ਕੀਤਾ ਜਾਵੇਗਾ ਨਹੀਂ ਜੀ ਸੰਸਕਾਰ ਉੱਥੇ ਸਾਡਾ ਪਿੰਡ ਬਾਗੇ ਵਾਲਾ ਜੀ ਉੱਥੇ ਹੋਣੀ ਰਿਸ਼ਤੇਦਾਰੀ ਸਾਡੀ ਕਾਰਨ ਹਾਂਜੀ ਸਾਡਾ ਉੱਥੇ ਕਾਰਨ ਇਹੋ ਹੀ ਆ ਵੀ ਇੱਥੇ ਪਾਣੀ ਆਇਆ ਹੋਇਆ ਵੀ ਇੱਥੇ ਸੰਸਕਾਰ ਹੋ ਨਹੀਂ ਸਕਦਾ ਜਗ੍ਹਾ ਨਹੀਂ ਹੈਗੀ ਹਾਂਜੀ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਹਾਂ ਵੀ ਕੋਈ ਉਹਦੇ ਗਰੀਬ ਜੀ ਕੋਈ ਸਹਾਇਤਾ ਕੀਤੀ ਜਾਵੇ ਵੀ ਮਾਤੜਿਆ ਬੰਦਾ ਵੀ ਉਹਦੇ ਕੋਲ ਕਿਹੜੀ ਵਿਚਾਰੇ ਕੋਲ ਜਾਇਦਾਦ ਹੈਗੀ ਹੈ ਚਾਰ ਚੁਪੇਰੇ ਪਾਣੀ ਆ ਮਕਾਨ ਵੀ ਸਾਰੇ ਪਾਟੇ ਪਏ ਨੇ ਤੇ ਮਾਤੜ ਬੰਦਾ ਉਹਦੀ ਕੋਈ ਮਦਦ ਕੀਤੀ ਜਾਵੇ